हेलो जी, सत श्री अकाल, सताल। वेलकम बैक टू आवर चैनल पंजाबी रिएक्शन। ते अज कड़ी वीडियो लेके आए? अज अज असी लेके आए हां स्ट्रीट सिंगर पाकिस्तान दे। हुण तैनूं मैं एक चीज दसां, रिमोट अपने माउस इन्हें ना अपने कोल रखे हों, सारा दिन बस घुमाई ही जाती, मतलब सारी वीडियो दे विच इन्हें घुमाई जाना होंदा है। ओके, मैं रख देता है। तेरी जगह कोई होर हुंदी ना फिर वो बैठी हुंदी। चलो हाँ, शुक्र करो मैं सो आप लैके आए पाकिस्तान के स्ट्रीट सिंगर की वीडियो। तो ये वीडियो आई थिंक 13 साल पहला दी आ, वारिस शाह दी हीर। वारिस शाह के दरबार के ही जी पढ़ी गई है, ओके उन्होंने बाहर ही बैठे ने, ओके ओके दरबार के ओके बाहर बैठे तो उत्थे ही वारिस शाह दी हीर जी पढ़ रहे हैं। बड़ा इंटरेस्टिंग है, तो आप देखते हैं कि क्योंकि वारिस शाह दी हीर पढ़ना कोई निक्की मोटी गल नहीं है, बहुत बड़ी गल आ, क्योंकि वो जान चाहिए आ, गले के भी, पेट के भी, दिमाग भी ता जरा आ, वो पूरा जो खर्च होंगे आ, जे हीर पढ़नी हो साढ़े इधर गाँवना कहें। तो आप देखते हैं कि स्ट्रीट सिंगर ने और किस तरीके की हीर है जी, क्योंकि बड़े बड़े तगड़े सिंगर जोड़े ने वो बैठे आ, तो आप कंपेयर ये कि कर सकते, क्योंकि मिलियनस के व्यू आ उस वीडियो दे देखते हैं। टैलेंट जो जरूरी है कि स्टेज ज्यादा मुहताज हो, टैलेंट तो कितने भी मिल सकता। तो चलो आप सुनते हैं, तो करते हैं वीडियो स्टार्ट। तो वीडियो स्टार्ट करने तो पहला साढ़े चैनल सब्सक्राइब कर दो, ये भी चैनल तो दीजो ब्लॉग्स में सब्सक्राइब सब्सक्राइब सम टाइम ना आर जो खींच के करना पैंदा ना, सब्सक्राइब कर दो। तो चलो स्टार्ट कर दिया। बहुत अच्छे कला वाह कोई
बहुत खूब ਕਮਾਲ ਕਮਾਲ ਮੈਂ ਤੇ ਅੰਡਰਐਸਟੀਮੇਟ ਕੀਤਾ ਸੀਗਾ ਬਹੁਤ ਜ਼ਿਆਦਾ ਵਧੀਆ ਜਿਸ ਡੂੰਘਾਈ ਨਾਲ ਲਿਖਿਆ ਉਸ ਡੂੰਘਾਈ ਨਾਲ ਇਹਨਾਂ ਨੇ ਕਲਾਮ ਹੀ ਨਹੀਂ ਹੁੰਦੇ ਤੇ ਉਹਨਾਂ ਨੂੰ ਪੜਿਆ ਬਹੁਤ ਵਧੀਆ ਬਹੁਤ ਅੱਛਾ ਔਰ ਮਤਲਬ ਜੇ ਆਪਾਂ ਲਿਖਤ ਦੀ ਗੱਲ ਕਰੀਏ ਹੈ ਨਾ ਲਿਖਤ ਨੂੰ ਤਾਂ ਵੈਸੇ ਅਸੀਂ ਉਹਦੇ ਬਾਰੇ ਮਤਲਬ ਅਸੀਂ ਆਪਣੇ ਆਪ ਨੂੰ ਇੰਨੇ ਕਾਬਲ ਨਹੀਂ ਸਮਝਦੇ ਕਿ ਅਸੀਂ ਲਿਖਤ ਬਾਰੇ ਕੋਈ ਗੱਲ ਕਹਿ ਸਕੀਏ ਜਿੰਨੀ ਡੂੰਘਾਈ ਹੁੰਦੀ ਹੈ ਨਾ ਔਰ ਸਿੰਗਰ ਜੇ ਉਹਨੂੰ ਜਸਟੀਫਾਈ ਕਰ ਲਏ ਅਤੇ ਉਹਦੇ ਨਾਲ ਦੇ ਜਿਹੜੇ ਆ ਉਹ ਰੀਜ਼ਨਿੰਗ ਆ ਔਰ ਜਿਹੜਾ ਉਹਨੂੰ ਗਾਉਣ ਵਾਲਾ ਜਿਹੜਾ ਉਹਨੂੰ ਬੋਲਣ ਵਾਲਾ ਹੈ ਨਾ ਜਿਹੜਾ ਉਹਨੂੰ ਪੜ੍ਹਨ ਵਾਲਾ ਆ ਮੇਨ ਚੀਜ਼ ਆ ਕਿ ਉਹ ਜਸਟੀਫਾਈ ਕਰਦਾ ਹੋਵੇ ਪੂਰਾ ਜਸਟੀਫਾਈ 100% 101% ਜਸਟੀਫਾਈ ਹੈ ਵਾਕਿਆ ਬਹੁਤ ਜ਼ਿਆਦਾ ਮੈਨੂੰ ਮਤਲਬ ਕਿ ਜਦੋਂ ਮੈਂ ਇਵੇਂ ਦੇ ਕਲਾਮ ਸੁਣਦੀ ਹੈ ਨਾ ਅਤੇ ਮੈਨੂੰ ਬੜਾ ਅਫਸੋਸ ਹੁੰਦਾ ਕਿ ਮੇਰਾ ਗਲਾ ਕਿਉਂ ਨਹੀਂ ਵੇਂਦਾ ਮੇਰਾ ਖੁਦ ਦਿਲ ਕਰਦਾ ਕਿ ਨਾਲ ਨਾਲ ਮੈਂ ਗਾਵਾਂ ਅਤੇ ਬਟ ਬਹੁਤ ਇਹ ਵੀ ਪਰਮਾਤਮਾ ਦੀ ਹੁੰਦੀ ਆ ਨਾ ਕੀ ਕਹਿ ਸਕਦੇ ਨਿਆਮਤ ਹਾਂ ਅਤੇ ਮੈਂ ਇੰਨੀ ਐਕਸਾਈਟਿਡ ਸੀਗੀ ਮਤਲਬ ਸੌਂਗ ਸੁਣ ਕੇ ਮੈਂ ਇੰਨੀ ਖੁਬੀ ਸੀ ਮੈਂ ਉਹ ਸਲਿਊਟ ਕਰਨਾ ਮੈਂ ਸਲਾਮ ਸਲਾਮ ਕਰੀ ਜਾਂਦੀ ਸੀ ਸੈਕਿੰਡ ਟਾਈਮ ਮੈਨੂੰ ਲੱਗਦਾ ਕਿ ਮੈਂ ਸੁਣਿਆ ਅਤੇ ਬਟ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਅਤੇ ਇੱਕ ਜਿਹੜੀ ਮੇਨ ਜਿਹੜੀ ਮੈਂ ਗੱਲ ਇੱਥੇ ਕਰਨੀ ਸੀਗੀ ਕਿ ਜਿਵੇਂ ਇਹ ਆਪਣਾ ਕਲਚਰ ਹੈ ਨਾ ਜਿਹੜੇ ਆਪਣੀਆਂ ਆਪਣੇ ਪੰਜਾਬ ਦੀਆਂ ਸਾਂਝੀਆਂ ਲਿਖਤਾਂ ਵਾਰਿਸ ਸ਼ਾਹ ਬੁੱਲੇ ਸ਼ਾਹ ਇਹਨਾਂ ਦੇ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਸਾਡੀ ਗਾਇਕਾਂ ਨੇ ਜਾਂ ਆਪਾਂ ਕਹਿ ਸਕਦੇ ਹਾਂ ਬਹੁਤ ਘੱਟ ਸੰਭਾਲੀਆਂ ਪਾਕਿਸਤਾਨ ਚ ਜਿਹੜੇ ਮਾਂ ਬੋਲੀ ਦੇ ਠੇਕੇਦਾਰ ਬਣਦੇ ਆ ਹਾਂਜੀ ਬਹੁਤ ਉਹਨਾਂ ਨੇ ਖਤਮ ਕਰਤਾ ਇਹ ਚੀਜ਼ ਇਸ ਪੰਜਾਬ ਦੇ ਵਿੱਚੋਂ ਨਾ ਬਹੁਤ ਘੱਟ ਰਹਿ ਗਿਆ ਬਹੁਤ ਇੱਕਾ ਦੁੱਕਾ ਹੀ ਜਿਹੜੇ ਕਲਾਕਾਰ ਨੇ ਉਹ ਰਹਿ ਗਏ ਮੇਰੇ ਖਿਆਲ 'ਚ ਨਵੇਂ ਜਿੰਨੇ ਵੀ ਕਲਾਕਾਰ ਆ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਸਤਿੰਦਰ ਸਰਤਾਜ ਵਰਗੇ ਕਲਾਕਾਰਾਂ ਨੂੰ ਛੱਡ ਕੇ ਮੈਂ ਗਰੰਟੀ ਨਾਲ ਕਹਿ ਸਕਦਾ ਉਹਨਾਂ ਕੋਲ ਇਹ ਗਈ ਵੀ ਨਹੀਂ ਜਾਣੀ ਬੜਾ ਬਹੁਤ ਮਨ ਖੁਸ਼ ਹੁੰਦਾ ਕਿ ਚਲੋ ਕਿਸੇ ਨੇ ਤਾਂ ਸੰਭਾਲਿਆ ਨਾ ਕਿ ਸਾਡਾ ਕਲਚਰ ਅਲੱਗ ਨਹੀਂ ਹੈਗਾ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਅਤੇ ਇਹ ਮਤਲਬ ਸੁਣ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਅਤੇ ਬੁੱਲੇ ਸ਼ਾਹ ਦੇ ਵੀ ਮੈਂ ਬਹੁਤ ਉਹਨਾਂ ਦੀ ਜਿਹੜੀ ਬੁੱਲੇ ਸ਼ਾਹ ਦੇ ਕਲਾਮ ਵੀ ਬਹੁਤ ਵਧੀਆ ਮੈਨੂੰ ਲੱਗਦੇ ਆ ਅਗਰ ਕਿਸੇ ਨੇ ਪੜ੍ਹੇ ਹੋਣ ਕਲਾਮ ਤਾਂ ਤੁਸੀਂ ਸਾਨੂੰ ਜ਼ਰੂਰ ਰਿਕਮੈਂਡ ਕਰਿਓ ਸਾਨੂੰ ਦੱਸਿਓ ਕਿ ਕਿਹੜੇ ਆਪਾਂ ਉੱਤੇ ਵੀ ਰਿਐਕਸ਼ਨ ਵੀਡੀਓ ਬਣਾਵਾਂਗੇ ਸੱਚੀ ਪੁੱਛੋ ਮੈਂ ਮਤਲਬ ਹਾਲਤ ਵੇਖ ਕੇ ਮੈਂ ਜਿੱਥੇ ਉਹ ਬੈਠੇ ਨਹੀਂ ਤਾਂ ਸਿੰਗਰ ਦੇਖੇ ਸਟੂਡੀਓ ਦੇ ਵਿੱਚ ਕੁਰਸੀਆਂ 'ਤੇ ਬਹਿ ਕੇ ਮਤਲਬ ਵਧੀਆ ਜਿਹੜੇ ਆ ਫਿਲਟਰ ਵੀ ਪਹਿਲਾਂ ਮੇਕਅਪ ਲਾਇਆ ਹੁੰਦਾ ਉਸ ਤੋਂ ਬਾਅਦ ਕੈਮਰੇ ਦੇ ਫਿਲਟਰ ਹੁੰਦੇ ਆ ਫਿਰ ਉਹ ਸਾਹਮਣੇ ਹੁੰਦੇ ਕੈਮਰੇ ਦੇ ਫਿਰ ਉਗਾਉਂਦੇ ਆ ਹੈ ਨਾ ਅਤੇ ਪਰ ਮੈਂ ਤਾਂ ਅੰਡਰਐਸਟੀਮੇਟ ਕਰ ਗਿਆ ਸੀਗਾ ਪਰ ਜਦੋਂ ਗਲਾ ਵੇਖਿਆ ਜਦੋਂ ਉਹ ਆਵਾਜ਼ ਵੇਖੀ ਦਮ ਵੇਖਿਆ ਵਾਕਿਆ ਮਤਲਬ ਕਈ ਵਾਰੀ ਅੱਖਾਂ ਜਿਹੜੀਆਂ ਨਾ ਉਹ ਇਨਸਾਨ ਦੀਆਂ ਧੋਖਾ ਦੇ ਜਾਂਦੀਆਂ ਹੈ ਨਾ ਬਹੁਤ ਕਮਾਲ ਸੋ ਫਰੈਂਡਸ ਅਗਰ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਆ ਇਹ ਹੀਰ ਜੋ ਵਾਰਿਸ ਸ਼ਾਹ ਦੀ ਆ ਜਿਨ੍ਹਾਂ ਨੇ ਗਾਈ ਆ ਉਹਨਾਂ ਦੀ ਵੀ ਪਸੰਦ ਆਈ ਤਾਂ ਲਾਈਕ ਸਾਡੀ ਵੀਡੀਓ ਨੂੰ ਜ਼ਰੂਰ ਕਰਿਓ ਅਤੇ ਅਗਰ ਤੁਸੀਂ ਸਾਡੇ ਚੈਨਲ 'ਤੇ ਨਹੀਂ ਅਗਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਸਾਡਾ ਚੈਨਲ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ